ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਸ਼ਲੋਕ ਮਹਲਾ 3 ਤੀਜੇ ਪਾਤਸ਼ਾਹ ਤਾਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਸਤਗੁਰ ਕੀ ਪ੍ਰਤੀਤ ਨਾ ਆਈਆ ਸਤਗੁਰੂ ਦੇ ਉੱਤੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ ਭਰੋਸਾ ਨਹੀਂ ਬਣਿਆ ਭਰੋਸੇ ਤੋਂ ਬਿਨਾਂ ਕੀ ਹੁੰਦਾ ਸ਼ਬਦ ਨਾਲ ਲੱਗੋ ਪਾਓ ਸ਼ਬਦ ਨਾਲ ਲਾਗੂ ਪਾਓ ਸ਼ਬਦ ਦੇ ਵਿੱਚ ਉਹਨਾਂ ਦਾ ਪਿਆਰ ਨਹੀਂ ਬਣਦਾ ਗੁਰੂ ਤੇ ਭਰੋਸਾ ਹੋਏਗਾ ਤਾਂ ਗੁਰੂ ਦਾ ਸ਼ਬਦ ਪਿਆਰਾ ਲੱਗਣ ਲੱਗ ਜਾਂਦਾ ਜੇ ਭਰੋਸਾ ਨਹੀਂ ਹੈ ਤਾਂ ਗੁਰੂ ਦੇ ਸ਼ਬਦਾਂ ਨਾਲ ਅਸੀਂ ਉਹਨਾਂ ਪਿਆਰ ਨਹੀਂ ਕਰਾਂਗੇ ਪ੍ਰਤੀਤ ਕਿੰਡੀ ਵੱਡੀ ਚੀਜ਼ ਹੈ ਸੁਖਮਨੀ ਸਾਹਿਬ ਜੀ ਦੀ ਪੰਕਤੀ ਹੈ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰਿ ਪ੍ਰਭ ਚੀਤ ਰੱਬ ਵੀ ਚਾਹੇ ਤੇ ਉਹ ਨਹੀਂ ਆਉਂਦਾ ਜਿਹਦਾ ਗੁਰੂ ਤੇ ਭਰੋਸਾ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਾਂ ਨਾਵੇ ਹਰ ਪ੍ਰਭ ਜੀਤ ਤੇ ਚੇਤੇ ਆਉਣ ਨਾਲ ਕੀ ਹੁੰਦਾ ਜੀਤ ਆਵੇ ਤਾਂ ਸਦਾ ਆਨੰਦ ਜੀਤ ਆਵੇ ਤਾਂ ਸਭ ਦੁੱਖ ਪੰਜ ਜੀਤ ਆਵੇ ਤਾਂ ਸ਼ਰਦਾ ਪੂਰੀ ਜੀਤ ਆਵੇ ਤਾਂ ਕਬਹ ਨ ਚੂਰੀ ਜੀਤ ਆਵੇ ਤਾਂ ਸਤ ਤਨਵੰਤਾ ਜੀਤ ਆਵੇ ਤਾਂ ਸਦ ਨਿਵਰੰਤਾ ਜੀਤ ਆਵੇ ਤਾਂ ਚੁੱਕੀ ਕਾਣੇ ਜੀਤ ਆਵੇ ਤਾਂ ਸਬਰੰਗ ਮਣੀ ਪਰ ਚੇਤੇ ਆਵੇ ਤਾਂ ਜਾ ਕੋ ਮੁਸ਼ਕਿਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖੜੇ ਸਭੂ ਭੱਜਿਆ ਆਸਰਾ ਚੁੱਕਿਆ ਸਭਸਰਾਉ ਚਿੱਤ ਆਵੇ ਉਸ ਬਾਰਬਰਮ ਲਗੇ ਨਾ ਤਤੀਵਾਉ ਪਰ ਚੇਤੇ ਆਉਂਦਾ ਕਿਉਂ ਨਹੀਂ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਸਾਰੀਆਂ ਮੁਸ਼ਕਲਾਂ ਚੇਤ ਆਉਣ ਨਾਲ ਖਤਮ ਹੁੰਦੀਆਂ ਨੇ ਪਰ ਚੇਤੇ ਤਾਂ ਆਉਂਦਾ ਜੇ ਭਰੋਸਾ ਹੋਵੇ ਤੇ ਜੇ ਭਰੋਸਾ ਨਹੀਂ ਹੈ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਪਾਉ ਹੁੰਦਾ ਪ੍ਰੇਮ ਸ਼ਬਦ ਵਿੱਚ ਪਿਆਰ ਨਹੀਂ ਬਣਿਆ ਉਸ ਨੂੰ ਸੁੱਖ ਨਾ ਉਪਜਾਇ ਉਹ ਸਬੰਧੇ ਨੂੰ ਕਦੀ ਵੀ ਉਹ ਸੁੱਖ ਪੈਦਾ ਨਹੀਂ ਹੋਊਗਾ ਮਿਲੂਗਾ ਨਹੀਂ ਜਿਹੜਾ ਸੁੱਖ ਸ਼ਬਦ ਵਿੱਚੋਂ ਨਿਕਲ ਸਕਦਾ ਸੁੱਖ ਨਾਹੀਂ ਬਹੁਤ ਹੈ ਧਨ ਖਾਟਾ ਹੈ ਸੁੱਖ ਨਾਹੀਂ ਪੇਖ ਹੈ ਨ੍ਰਿਤ ਨਟ ਹੈ ਅਸੀਂ ਨਾਚ ਗਾਣਿਆਂ ਚ ਉੱਚੀ ਉੱਚੀ ਡੀਜੇ ਲਾ ਕੇ ਖੁਸ਼ੀ ਲੱਭਦੇ ਆ ਪਰ ਨਹੀਂ ਹੁੰਦੀ ਉੱਥੇ ਪੈਸੇ ਚੋਂ ਖੁਸ਼ੀ ਲੱਭਦੇ ਆ ਦੇਸਾਂ ਪਰਦੇਸਾਂ ਦੀ ਕਮਾਈ ਚੋਂ ਖੁਸ਼ੀ ਲੱਭਦੇ ਪਰ ਨਹੀਂ ਲੱਭਦੀ ਸੁਖ ਨਾਹੀ ਬਹੁਤਾ ਧਨ ਖਟਾ ਸੁਖ ਨਾਹੀ ਪੇਖੈ ਨ੍ਰਿਤ ਨਟੈ ਸੁਖ ਨਾਹੀ ਬਹੁ ਦੇਸ਼ ਕਮਾਈ ਸਰਬ ਸੁਖਾ ਹਰ ਹਰ ਗੁਣ ਗਾਈ ਸੁਖ ਇਥੇ ਪਰ ਸੁਖ ਤਾਂ ਨਿਕਲੇਗਾ ਏ ਜੇਕਰ ਵਿਰੋਸਾ ਹੋਗਾ ਜੇ ਵਿਰੋਸਾ ਨਹੀਂ ਹੈ ਸਾਧਗੁਰ ਕੀ ਪ੍ਰਤੀਤ ਨਾਈਆ ਸ਼ਬਦ ਨਾ ਲਗੋ ਭਾਉ ਸ਼ਬਦ ਨਾ ਲਾਗੋ ਭਾਉ ਉਸਨੋਂ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਵਜੋ ਭਾਵੇਂ ਸੌ ਗੇੜਾ ਲਾ ਲਵੇ ਆ ਜਾਵੇ ਚਲਾ ਜਾਵੇ ਗੁਰੂ ਕੋਲ ਅਰ ਜੇ ਗੁਰੂ ਤੇ ਭਰੋਸਾ ਹੀ ਨਹੀਂ ਤਾਂ ਫਿਰ ਗੱਲ ਨਹੀਂ ਬਣਦੀ ਭਰੋਸੇ ਦੀ ਗੱਲ ਜੇ ਆਪਣੇ ਆਪ ਨੂੰ ਚੈੱਕ ਕਰਨਾ ਹੋਵੇ ਨਾ ਤਾਂ ਇੱਕ ਪੰਕਤੀ ਰਹਿ ਰਾਜ ਸਾਹਿਬ ਦੇ ਵਿੱਚੋਂ ਸੋਦਰ ਰਹਿ ਰਾਜ ਸਾਹਿਬ ਦੀ ਬਾਣੀ ਦਾ ਜਦੋਂ ਪਾਠ ਹੁੰਦਾ ਤਾਂ ਇੱਕ ਪੰਕਤੀ ਆਉਂਦੀ ਹੈ ਤੁਦ ਵਿਣ ਸਿੱਧੀ ਕਿਨਾਂ ਨਾ ਪਾਈਆ ਕੋਈ ਬੰਦਾ ਕਿਸੇ ਕੋਲ ਜਾਂਦਾ ਸਿਆਣੇ ਸੋਣੇ ਕੋਲ ਜੋਤਸੀ ਕੋਲ ਤਾੰਤ੍ਰਿਕ ਕੋਲ ਕਿਸੇ ਮੀਆਂ ਬਾਬੇ ਕੋਲ ਤਾਂ ਇਹੀ ਸੋਚ ਕੇ ਜਾਂਦਾ ਨਾ ਵੀ ਕੋਈ ਕੰਮ ਸਿੱਧ ਹੋ ਜੂ ਕੋਈ ਕਾਰਜ ਸਿੱਧ ਹੋ ਜੂ ਜਾਂ ਇਸ ਕਰਕੇ ਜਾਂਦਾ ਵੀ ਕਿਤੇ ਨੁਕਸਾਨ ਨਾ ਹੋ ਜੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਤੋਦ ਵੈਣ ਸਿੱਧੀ ਕਿਨਾਂ ਨਾ ਪਾਈ ਆ। ਏ ਵਾਹਿਗੁਰੂ ਤੇਰੀ ਮਰਜ਼ੀ ਤੋਂ ਬਿਨਾ ਤੇਰੇ ਹੁਕਮ ਤੋਂ ਬਿਨਾ ਕੋਈ ਕਾਰਜ ਸਿੱਧੀ ਕਿਸੇ ਵੀ ਕੰਮ ਵਿੱਚ ਸਿੱਧੀ ਜਿਹੜੀ ਆ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਕਰਮ ਮਿਲੇ ਜੋ ਰੱਬ ਦੇ ਰਹਿਮੋਂ ਕਰਮ ਨਾਲ ਮਿਲੇ ਜੋ ਸਾਨੂੰ ਸਾਡੇ ਭਾਗਾਂ ਅਨੁਸਾਰ ਉਹਦੀ ਕਿਰਪਾ ਅਨੁਸਾਰ ਮਿਲਣਾ ਹੈ। 나ਹੀਂ ਠਾਕ ਰਹੀਆ ਉਹਨੂੰ ਕੋ ਰੋਕ ਨਹੀਂ ਸਕਦਾ। ਜੋ ਸਾਡੇ ਭਾਗਾਂ 'ਚ ਆਇਆ ਉਹ ਸਾਨੂੰ ਮਿਲਣਾ ਹੀ ਮਿਲਣਾ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੋ ਉਹਦੀ ਮਰਜ਼ੀ ਨਹੀਂ ਹੈ ਉਹ ਕੋਈ ਦਵਾ ਨਹੀਂ ਸਕਦਾ। ਫੇਰ ਵੀ ਵੇਖੋ ਵੀ ਕਿੰਨੇ ਬੰਦੇ ਨੇ ਜਿਹੜੇ ਥਾਂ ਥਾਂ ਟੱਕਰਾ ਮਾਰੀ ਜਾਂਦੇ ਆ ਇੱਥੇ ਚੱਲ ਜਾ ਉੱਥੇ ਚੱਲ ਜਾ ਧਿਆਨ ਨਾਲ ਸੋਚਣਾ ਇਸ ਗੱਲ ਨੂੰ ਭਰੋਸਾ ਕਿੰਨਾ ਹੈ ਸਾਡਾ ਇਸੇ ਪੰਕਤੀ ਨੇ ਦੱਸ ਦੇਣਾ ਦੁੱਧ ਵੇਣ ਸਿੱਧੀ ਕਿਨਾਂ ਨਾ ਭਾਈਆ ਕਰਮ ਮਿਲੇ ਨਾ ਹੀ ਠਾਕ ਰਹੀਆ ਏ ਵਾਇਗਰੂ ਤੇਰੀ ਮਰਜ਼ੀ ਤੋਂ ਬਿਨਾ ਕੋਈ ਕਾਰਜ ਸਿੱਧੀ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਤੇ ਫਿਰ ਨਾਲ ਹੀ ਇਹ ਵੇਖੋ ਕੀ ਕਰਮ ਮਿਲਿਆ ਜੋ ਆਪਣੇ ਭਾਗਾਂ ਚ ਆਇਆ ਜੋ ਸਾਨੂੰ ਉਹਦੇ ਕਰਮੋਂ ਰਹਿਮੋਂ ਕਰਮ ਨਾ ਮਿਲਣਾ ਨਾ ਹੀ ਠਾਕ ਰਹਾਇਆ ਉਹ ਰੋਕਦਾ ਨਹੀਂ ਉਹਨੇ ਮਿਲਣਾ ਹੀ ਮਿਲਣਾ ਜੇ ਕੋਈ ਕੁਝ ਦਬਾਵ ਨਹੀਂ ਸਕਦਾ ਜੇ ਕੋਈ ਸਾਡਾ ਨੁਕਸਾਨ ਵੀ ਨਹੀਂ ਕਰ ਸਕਦਾ ਫਿਰ ਆਪਾਂ ਥਾਂ ਥਾਂ ਤੇ ਨੱਕ ਰਗੜਦੇ ਫਿਰਿਏ ਇਹਦਾ ਮਤਲਬ ਸਾਡੀ ਪ੍ਰਤੀਤ ਹੈ ਨਹੀਂ ਸਾਡਾ ਭਰੋਸਾ ਹੈ ਨਹੀਂ ਤੇ ਬਾਬਾ ਜੀ ਕਹਿੰਦੇ ਵੀ ਇਦਾਂ ਦੇ ਸਿੱਖ ਭਾਵੇਂ 100 ਵਾਰੀ ਰੋਜ ਆਜਿਆ ਕਰਨ ਤੇ 100 ਵਾਰੀ ਚਲੇ ਜਾਇਆ ਕਰਨੇ ਇਹਦਾ ਕੋਈ ਫਾਇਦਾ ਨਹੀਂ ਉਸ ਨੂੰ ਸੁਖ ਨਾ ਉਪਜਾਇ ਭਾਵੇਂ 100 ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੇ ਜੋ ਗੁਰਮੁਖ ਹੈ ਗੁਰੂ ਵੱਲ ਮੁਖ ਕਰਕੇ ਚੱਲਦਾ ਉਹ ਸਹਿਜ ਵਿੱਚ ਮਿਲ ਜਾਂਦਾ ਆਤਮਕ ਅਡੋਲਤਾ ਅਵਸਥਾ ਵਿੱਚ ਲੀਨ ਹੋ ਜਾਂਦਾ ਉਹ ਸਹਿਜ ਸੁਭਾਅ ਬਿਨਾਂ ਕਿਸੇ ਉਚੇਚੇ ਜਦਰ ਤੋਂ ਸਹਿਜੇ ਹੀ ਸਿਰਫ ਆਪਣੀ ਇਸ ਕਹਿ ਲਓ ਕਿ ਭੋਲੇਪਨ ਕਰਕੇ ਗੁਰੂ ਦੇ ਉੱਤੇ ਅੱਖਾਂ ਮੀਟ ਕੇ ਭਰੋਸਾ ਕਰਨ ਕਰਕੇ ਗੁਰੂ ਤੇ ਭਰੋਸਾ ਕਰਨ ਕਰਕੇ ਅੱਖਾਂ ਮੀਟ ਕੇ ਭਰੋਸਾ ਉਹਦੇ ਤੇ ਕੀਤਾ ਜਾ ਸਕਦਾ ਜਿਹੜਾ ਆਪ ਅਗੋਂ ਅੰਨਾ ਨਾ ਹੋਵੇ ਅੰधे ਗੁਰੂ ਤੇ ਭਰਮ ਨਾ ਜਾਏ ਜਿਹੜੇ ਦੁਨੀਆ ਦੇ ਨਕਲੀ ਗੁਰੂ ਬਣੇ ਬੈਠੇ ਨੇ ਉਹਨਾਂ ਦੇ ਉੱਤੇ ਤੇ ਅੱਖਾਂ ਖੋਲ ਕੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਜੇ ਸੱਚਾ ਗੁਰੂ ਹੈ ਉਹਦੇ ਤੇ ਅੱਖਾਂ ਮੀਟ ਕੇ ਭਰੋਸਾ ਕੀਤਾ ਜਾ ਸਕਦਾ ਜਿਹੜਾ ਮਨੁੱਖ ਇੰਨੇ ਭਰੋਸੇ ਦਾ ਆਧਾਰ ਨਹੀਂ ਆ ਉਹ ਸਹਿਜ ਮਨ ਹੈ ਸਹਿਜ ਸੁਭਾਈ ਸਹਿਜੇ ਹੀ ਸਧਾਰਨ ਜੀਵਨ ਜੀਉਂਦੇ ਆਹੀਂ ਉਹ ਜਾ ਮਿਲਦਾ ਸੱਚੇ ਸਿਉ ਲੇਵ ਲਾਓ ਉਹਦੀ ਸੱਚੇ ਨਾਲ ਅਕਾਲ ਪੁਰਖ ਵੈਗਨ ਉਹਨਾਂ ਲੇਵ ਲੱਗ ਜਾਂਦੀ। ਤੀਸਰਾ ਪਾ ਤੀਸਰੇ ਪਾਸ਼ਾ ਮਹਾਰਾਜ ਦਾ ਹੀ ਇੱਕ ਸ਼ਲੋਕ ਹੋਰ ਹੈ। ਇਹ ਮਨ ਐਸਾ ਸਤਿਗੁਰੂ ਖੋਜ ਲੋ ਜਿੱਤ ਸੇਵਿਆਂ ਜਨਮ ਮਰਨ ਦੁੱਖ ਜ। ਕਹਿੰਦੇ ਨੇ हे ਮੇਰੇ ਮਨ ਤੂੰ ਐਸੇ ਸਤਿਗੁਰੂ ਦੀ ਖੋਜ ਕਰ ਜਿਹਨੂੰ ਸਿਮਰਿਆਂ ਧਿਆਇਆ ਜਿਹਦੇ ਰਾਹ ਤੇ ਚੱਲਿਆਂ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਜਨਮ ਤੋਂ ਮਰਨ ਤੱਕ ਦਾ ਜਿਹ ਦੁੱਖ ਹੈ। ਭਾਵ ਜਿੰਨੇ ਵੀ ਮਨੁੱਖ ਦੇ ਅੰਦਰ ਆਤਮਿਕ ਤੌਰ ਤੇ ਗ੍ਰਾਵਟਾਉਂਦੀ ਹੈ ਕਬਹੂ ਜਿਹੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਉਹ ਤੇਰਾ ਦੁੱਖ ਮੁਕਾ ਦੇਵੇ ਜੰਮਣ ਮਰਨ ਦੇ ਗੇੜ ਚੋਂ ਤੈਨੂੰ ਕੱਢ ਲਵੇ ਸੰਸਾਰ ਮੂਲ ਨਾ ਹੋਵੇ ਸੰਸਾਰ ਤੌਖਲਾ ਫਿਕਰ ਡਰ ਕਬਰ ਹਟ ਇਹ ਬਿਲਕੁਲ ਨਾ ਹੋਵੇ ਹੌਮੇ ਸ਼ਬਦ ਜਲਾਏ ਔਰ ਹੌਮੇ ਸ਼ਬਦ ਨਾਲ ਉਹਦੇ ਸ਼ਬਦ ਨਾਲ ਉਹਦੇ ਉਪਦੇਸ਼ ਨਾਲ ਹੌਮੇ ਸੜ ਜਾਵੇ ਖਤਮ ਹੋ ਜਾਵੇ ਲੱਭ ਐਸਾ ਗੁਰੂ ਕਿੱਥੇ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਐਸੇ ਗੁਰਮਾਨ ਦੀ ਕੋ ਘਾਟ ਨਹੀਂ ਹੈ ਦੁਨੀਆ ਦੇ ਉੱਤੇ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਿਤ ਫਿਰਾਂ ਫਰਮਾਣਾ ਪਤਾ ਨਹੀਂ ਕਿੰਨੇ ਸਿੱਧ ਸਾਧਕ ਗੁਰੂ ਚੇਲੇ ਤੁਰੇ ਫਿਰਦੇ ਨੇ ਪਰ ਕਾਚੇ ਗੁਰ ਤੇ ਮੁਕਤ ਨਾ ਹੁਆ ਕੱਚੇ ਗੁਰ ਤੋਂ ਮੁਕਤੀ ਹੋਣੀ ਨਹੀਂ ਇਸ ਕਰਕੇ ਆਪਣਾ ਨਿਸ਼ਾਨਾ ਸਾਹਮਣੇ ਰੱਖ ਵੀ ਤੂੰ ਕਰਨਾ ਕੀ ਹੈ ਕੂੜ ਕੀ ਪਾਲ ਕਿਵੇਂ ਕੂੜਾ ਟੁੱਟੇ ਪਾਲ ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨੈ ਝੂਠ ਦੀ ਪਾਲ ਅੰਦਰੋਂ ਨਿਕਲ ਜਾਵੇ ਟੁੱਟ ਜਾਵੇ ਕੰਧ ਖਤਮ ਹੋ ਜਾਵੇ ਜਿਹੜੀ ਕਿਵੇਂ ਕੂੜਾ ਟੁੱਟੇ ਪਾਲਾ ਪੰਜਾਬੀ ਸਭ ਚ ਪੜਿਆ ਇਹ ਕੂੜ ਦੀ ਪਾਲ ਅੰਦਰੋਂ ਟੁੱਟੇ ਪਰਮਾਤਮਾ ਚ ਤੇ ਬੰਦੇ ਚ ਇਹੀ ਇੱਕ ਕੰਧ ਹੈ ਹਉਮੈ ਦੀ ਜਿਹਨੂੰ ਕੂੜ ਦੀ ਪਾਲ ਕਹਾ ਕੂੜਾ ਕੀ ਪਾਲ ਵਿੱਚੋਂ ਨਿਕਲ ਐ ਸੱਚ ਵਸੇ ਮਨਾਈ ਤੇ ਸੱਚ ਹਿਰਦੇ ਚ ਆ ਕੇ ਵਸ ਜਾਂਦਾ ਜਿਸ ਮਨੁੱਖ ਨੂੰ ਇਹ ਸੱਚਾ ਗੁਰੂ ਮਿਲਦਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇਤੇ ਚਾਦਰਣ ਹੁੰਦਿਆਂ ਗੁਰਬਿੰਦ ਖੋਹਰੰਦਾਰ ਗੁਰੂ ਤੋਂ ਬਿਨਾਂ ਅੰਦਰ ਤੜਫਣਾ ਲੱਗੀ ਰਹਿੰਦੀ ਐ ਪਟਕਣਾ ਲੱਗੀ ਰਹਿੰਦੀ ਐ ਜੇ ਅੰਦਰ ਸ਼ਾਂਤੀ ਚਾਹੁੰਨੇ ਆ ਅੰਤਰ ਸ਼ਾਂਤ ਮਨ ਸੁਖ ਹੋਏ ਤਾਂ ਇਹ ਕਿੱਥੋਂ ਮਿਲਦਾ ਸੱਚ ਸੰਜਮ ਕਾਰ ਕਮਾਏ ਗੁਰੂ ਕੋਲ ਜਾ ਕੇ ਸੱਚ ਵਾਲੀ ਸੰਜਮ ਵਾਲੀ ਸਹੀ ਰਹਿਤ ਵਾਲੀ ਜਿਹੜੀ ਕਾਰਗੁਜ਼ਾਰੀ ਹੈ ਜੀਵਨ ਹੈ ਵਿਹਾਰ ਹੈ ਅਸਲੀ ਜੋ ਜੀਵਨ ਹੈ ਸੱਚਾ ਸੁੱਚਾ ਸਾਫ ਸੁਥਰਾ ਨੇਕ ਉਹ ਗੁਰੂ ਕੋਲੋਂ ਪ੍ਰਾਪਤ ਕਰਕੇ ਹੀ ਕੂੜ ਦੀ ਪਾਲ ਨੂੰ ਤੋੜਿਆ ਜਾ ਸਕਦਾ ਹੈ ਜੰਮਣ ਮਰਨ ਦਾ ਦੁੱਖ ਮਿਟਾਇਆ ਜਾ ਸਕਦਾ ਹੈ ਸੰਸਿਆ ਤੋਖਲਿਆਂ ਤੋਂ ਬਚਿਆ ਜਾ ਸਕਦਾ ਹੈ ਮਨੁੱਖ ਦੇ ਅੰਦਰ ਸਹਿਜ ਅਡੋਲਤਾ ਇਹ ਸਾਰੀਆਂ ਗੱਲਾਂ ਗੁਰੂ ਕੋਲ ਆਏ ਤੋਂ ਬਾਅਦ ਹੀ ਹੋਣਗੀਆਂ ਬਿਨਾਂ ਗੁਰੂ ਤੋਂ ਮਨੁੱਖ ਭਟਕਦਾ ਰਹਿੰਦਾ ਤੇ ਗੁਰੂ ਕਿੱਦਾਂ ਮਿਲਦਾ ਨਾਨਕ ਪੂਰ ਹੈ ਕਰਮ ਸਤਗੁਰ ਮਿਲਿਆ ਗੁਰੂ ਮਿਲਦਾ ਪੂਰਿਆਂ ਭਾਗਾਂ ਨਾਲ ਬਿਨਾ ਭਾਗਾ ਤੋਂ ਗੁਰੂ ਨਾਲ ਮੇਲ ਨਹੀਂ ਹੁੰਦਾ ਹਰ ਜੀਓ ਕਿਰਪਾ ਕਰੇ ਰਜਾਏ ਵਾਹਿਗੁਰੂ ਕਿਰਪਾ ਕਰਦਾ ਹੈ ਆਪਣੀ ਰਜ਼ਾ ਦੇ ਵਿੱਚ ਆਪਣੇ ਹੁਕਮ ਵਿੱਚ ਉਹਦੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਤਗੁਰੂ ਨਾਲ ਮੇਲ ਹੁੰਦਾ ਪੌੜੀ ਪੌੜੀ ਨੂੰ ਉਚਾਰਨ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪ ਜੀ ਕਹਿੰਦੇ ਨੇ ਜਿਸ ਕਾ ਘਰ ਦੀਵਾਨ ਹਰ ਹੋਵੇ ਦੀਵਾਨ ਕਿਹਨੂੰ ਕਹਿੰਦੇ ਆ ਦੀਵਾਨ ਅਸਲ ਚ ਹੁੰਦੀ ਕਚਹਿਰੀ ਜਿੱਥੇ ਫੈਸਲੇ ਹੁੰਦੇ ਆ ਬਾਕੀ ਦੁਨੀਆ ਦੇ ਫੈਸਲੇ ਦੁਨੀਆ ਦੀਆਂ ਅਦਾਲਤਾਂ 'ਚ ਹੁੰਦੇ ਆ ਕਿਤੇ ਕਾਜੀ ਬੈਠਾ ਲਾ ਕੇ ਅਦਾਲਤ ਕਿਤੇ ਕੋਈ ਰਾਜਾ ਰਜਵਾੜਾ ਕਿਤੇ ਚੌਧਰੀ ਕਿਤੇ ਕੋਈ ਫੌਜਦਾਰ ਪਰ ਰੱਬ ਦੇ ਬੰਦੇ ਜਿਹੜੇ ਆ ਨਾ ਉਹਨਾਂ ਦੇ ਆਪਣੇ ਅੰਦਰ ਇੱਕ ਰੱਬ ਦੇ ਨਾਮ ਦੀ ਅਦਾਲਤ ਲੱਗੀ ਹੁੰਦੀ ਹੈ ਉਹਨਾਂ ਦੇ ਸਾਰੇ ਫੈਸਲੇ ਉੱਥੇ ਹੁੰਦੇ ਆ ਉਹਨਾਂ ਦੇ ਸਾਰੇ ਕਾਨੂੰਨ ਉੱਥੇ ਪਾਸ ਹੁੰਦੇ ਆ ਤੇ ਰੱਬ ਦਾ ਨਾਮ ਜਪਣ ਵਾਲਾ ਮਨੁੱਖ ਬੰਦਗੀ ਵਾਲਾ ਮਨੁੱਖ ਜਿਹੜਾ ਉਹਦੇ ਅੰਦਰ ਜਿਹੜੀ ਅਦਾਲਤ ਆ ਉਹਦੇ ਫੈਸਲੇ ਕਦੀ ਝੂਠ ਨਹੀਂ ਹੁੰਦੇ ਜਿਸ ਕਾਹ ਕਾਰ ਦੀ ਬਾਣ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਵਾਇਆ ਜਿਹਦੇ ਅੰਦਰ ਰੱਬ ਦੇ ਨਾਮ ਦੀ ਕਚਹਿਰੀ ਲੱਗੀ ਹੈ ਨਾ ਸਾਰੀ ਦੁਨੀਆ ਉਹਦੀ ਮੁਠੀ ਚ ਤਿਸ ਕੋ ਤਲਕੀ ਕਿਸੇ ਦੀ ਨਹੀਂ ਹਰ ਦੀ ਬਾਣ ਆ ਸਭ ਆਣ ਪੈਰੀ ਪਾਇਆ ਰਬੀ ਨੇ ਆਂ ਦੇ ਵਿੱਚ ਸਾਰਿਆਂ ਨੂੰ ਉਹਦੇ ਪੈਰੀਂ ਪੈਣਾ ਪਏਗਾ ਆਕਾਲ ਪੁਰਖ ਵੈਗਰੂ ਨੇ ਸਾਰਿਆਂ ਨੂੰ ਲਿਆ ਕੇ ਉਹਦੇ ਚਰਨੀ ਲਾ ਦੇਣਾ ਝੁਕਣਾ ਹੀ ਪਏਗਾ ਸਭ ਨੂੰ ਦੁਨੀਆ ਦੇ ਸਭ ਫੈਸਲੇ ਸੁਣਾਉਣ ਵਾਲੇ ਇੱਕ ਦਿਨ ਝੂਠੇ ਪੈ ਜਾਣਗੇ ਊੜ ਨਿਖੋਟੇ ਨਾਨਕਾ ਊੜਕ ਸੱਚ ਰਹੀ ਇਹ ਇੰਨੀ ਵੱਡੀ ਪੋਜ਼ਿਟਿਵਿਟੀ ਇੰਨੀ ਚੜ੍ਹਦੀ ਕਲਾ ਹੁੰਦੀ ਹੈ ਰੱਬ ਦੇ ਰਾਹ ਤੇ ਤੁਰਨ ਵਾਲੇ ਬੰਦਿਆਂ ਦੇ ਅੰਦਰ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਧਿਆਨ ਨਾਲ ਪੜਨਾ ਮਾਨਸਾ ਕਿਉਂ ਦੀ ਬਾਣੋਂ ਕੋਈ ਨਾਸ ਭਜ ਨਿਕਲੇ ਅਦਾਲਤਾਂ ਦੁਨੀਆ ਦੀਆਂ ਜਿਹੜੀਆਂ ਕਚਹਿਰੀਆਂ ਨੇ ਇਥੋਂ ਤੇ ਕੋਈ ਭੱਜ ਜੂਗਾ ਇਥੋਂ ਤੋਂ ਨਿਕਲ ਸਕਦਾ ਮਾਨਸਾ ਕਿਉਂ ਦੀ ਬਾਣੋਂ ਕੋਈ ਨਾਸ ਭਜ ਨਿਕਲੇ ਇਹ ਹਰ ਦੀ ਬਾਣੋਂ ਕੋਈ ਕਿੱਥੇ ਜਾਇਆ ਜਦੋਂ ਰੱਬ ਦਾ ਨਿਆਂ ਹੁੰਦਾ ਉੱਥੋਂ ਨਹੀਂ ਕੋਈ ਭੱਜ ਸਕਦਾ ਅੱਜ 31 ਅਕਤੂਬਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੀ ਹੈ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦੈ ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਿਲਵਾਇਆ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਰਹਿੰਦੇ ਖੁੰਦੇ ਜਿੰਨੇ ਵੀ ਕੋਈ ਰਹਿ ਨਹੀਂ ਜੀ ਸਕਦਾ ਲੋਕਿਆ ਛਿਪਿਆ ਕੋਈ ਵੀ ਆਖਿਰ ਨੂੰ ਹਰ ਇੱਕ ਨੇ ਨੰਗੇ ਹੋ ਜਾਣਾ ਹੈ ਔਰ ਸੱਚ ਦੇ ਸਾਹਮਣੇ ਔਰ ਸੱਚੇ ਦੇ ਸਾਹਮਣੇ ਸਾਰੇ ਜਿਹੜੇ ਨੇ ਆਪਣੇ ਆਪ ਵਿੱਚ ਨਿਮਜਣਗੇ ਝੁਕ ਜਾਣਗੇ ਰੋਲ ਜਾਣਗੇ ਹਾਰ ਜਾਣਗੇ ਨੰਗੇ ਹੋ ਜਾਣਗੇ ਕਿਸੇ ਦਾ ਵੀ ਕੋਈ ਬਣਿਆ ਹੋਇਆ ਪਾਜ ਰਹੇਗਾ ਨਹੀਂ ਇਹ ਵਿਸ਼ਵਾਸ ਰੱਬ ਦੇ ਬੰਦਿਆਂ ਨੂੰ ਹੁੰਦਾ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰਿਆ ਕੇ ਤੂੰ ਸੋ ਡਰਿਆ ਜੇ পাপ ਕਮਾਉਂਦਾ ਧਰਮੀ ਬਿਗਸੇ ਤੇ ਧਰਮੀ ਬੰਦੇ ਨੂੰ ਇੰਨਾ ਵਿਗਾਸ ਹੈ ਖੇੜਾ ਕਿ ਇੱਥੇ ਜਿੰਨਾ ਮਰਜੀ ਕੋਈ ਜ਼ੁਲਮ ਕਰ ਲੇ ਜਿੰਨਾ ਮਰਜੀ ਕੋਈ ਪਾਪ ਕਰ ਲੇ ਜਿੰਨੀਆਂ ਮਰਜੀ ਕਚਹਿਰੀਆਂ ਲਾ ਲੇ ਜਦੋਂ ਰੱਬ ਦੀ ਕਚਹਿਰੀ ਲੱਗਣੀ ਉਦੋਂ ਭੱਜਿਆ ਨਹੀਂ ਜਾਣਾ ਮਾਨਸਾ ਕਿਉਂ دیਵਾਨੋਂ ਕੋਈ ਨਸ ਭੱਜ ਨਿਕਲਿਆ ਹਰ ਦੀਵਾਨੋਂ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੈ ਤិន ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਸਾਰਿਆਂ ਨੂੰ ਖਲੋਣਾ ਪਊਗਾ ਆਕੇ ਆ ਇਤਿਹਾਸ ਪਿਛਲਾ ਸਮਾਂ ਆਪਣੇ ਆਲੇ ਦਾਲੇ ਦਾ ਜਦੋਂ ਮਰਜ਼ੀ ਵੇਖ ਲਓ ਇਦਾਂ ਵਾਪਰਦਾ ਜੋ ਮਨੁੱਖ ਸੱਚਾ ਹੁੰਦਾ ਉਹ ਸਾਰੀਆਂ ਬਦਨਾਮੀਆਂ 'ਚੋਂ ਨਿਕਲ ਕੇ ਉੱਪਰ ਆ ਜਾਂਦਾ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਨਾਵੇਂ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਵਾਹਿਗੁਰੂ ਦੇ ਨਾਮ ਦੀ ਜਿਹੜੀ ਵਡਿਆਈ ਹੈ ਇਹ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਗੁਰਮੁਖ ਵਿਰਲਾ ਕਿਨੇ ਧਿਆਇਆ ਕੋਈ ਵਿਰਲਾ ਗੁਰਮੁਖ ਹੀ ਧਿਆਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ ਪਰ ਜਿੱਥੇ ਵੀ ਸਿਮਰਨ ਹੈ ਬੰਦਗੀ ਹੈ ਉੱਥੇ ਫਿਰ ਬਖਸ਼ਿਸ਼ ਹੈ ਤੇ ਬਖਸ਼ਿਸ਼ ਨੂੰ ਕੋਈ ਨਹੀਂ ਜਿੱਜੇ ਸਕਦਾ ਬਾਕੀ ਸਾਰੀਆਂ ਚੀਜ਼ਾਂ ਥੱਲੇ ਨੇ ਬਖਸ਼ਿਸ਼ ਸਭ ਤੋਂ ਉੱਤੇ ਆ। ਆਪਾਂ ਵੱਦ ਤੋਂ ਵੱਦ ਦੁਨੀਆ 'ਚ ਕੀ ਕਰ ਸਕਦੇ ਆ? ਕੋਈ ਬੰਦਾ ਕਹਿੰਦਾ ਵੀ ਨੇਕੀ ਕਰੋ, ਕੋਈ ਕਹਿੰਦਾ ਪੁੰਨ ਕਰੋ, ਕੋਈ ਕਹਿੰਦਾ ਗਿਆਨ ਲਓ, ਕੋਈ ਕਹਿੰਦਾ ਧਿਆਨ ਲਓ। ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਕਹਿੰਦੇ ਲੱਖ ਨੇਕੀਆਂ ਚੰਗੀਆਂ ਆਇਆਂ, ਲੱਖ ਪੁੰਨਾਂ ਪ੍ਰਮਾਣ। ਲੱਖ ਤਾਪ ਉਪਰ ਤੀਰਥਾਂ ਸਹਿਜ ਯੋਗ ਵਿਵਾਨ। ਲੱਖ ਸੂਰਤਣ ਸੰਗਰਾਮ ਰਣ ਮੈਂ ਛੋਟੇ ਅਪਰਾਣ। ਲੱਖ ਸੂਰਤੀ ਲੱਖ ਗਿਆਨ ਧਿਆਨ ਪੜੀ ਐ ਪਾਠ ਪ੍ਰਾਣ। ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਕਰਮ ਰਹਿਮੋ ਕਰਮ ਕਰਮ ਪ੍ਰਾਪਤ ਹੋਏ ਜਿਹੜਾ ਕਰਮ ਹੈ ਬਖਸ਼ਿਸ਼ ਹੈ ਉਹਦਾ ਕੋਈ ਮੁਕਾਬਲਾ ਨਹੀਂ ਉਹੀ ਅਸਲੀ ਇਨਸਾਨ ਹੈ ਉਹ ਅਸਲੀ ਮੋਹ ਹੈ ਅਸਲੀ ਵੀਜ਼ਾ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਪਾਵਨ ਸ਼ਬਦ ਦੇ ਵਿੱਚੋਂ ਅਸੀਂ ਸੇਧ ਲਈਏ ਸਾਡੀ ਪ੍ਰਤੀਤ ਬਣੇ ਪਰੋਸਾ ਬਣੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪਰੋਸੇ ਵਾਲਾ ਜਿਹੜਾ ਉਹਦਾ ਪ੍ਰੇਮ ਬਣੂਗਾ ਫਿਰ ਉਹਨੂੰ ਹੀ ਚੇਤ ਆਊਗਾ ਤੇ ਚੇਤ ਆਉਣ ਨਾਲ ਸਾਰੇ ਦੁੱਖ ਮਿਟਦੇ ਨੇ ਦੂਜੇ ਸ਼ਲੋਕ ਵਿੱਚ ਮਹਾਰਾਜ ਨੇ ਕਿਹਾ ਸੱਚਾ ਗੁਰੂ ਭਾਗਾਂ ਨਾਲ ਮਿਲਦਾ ਹੈ ਹਉਮੈ ਦੀ ਕੰਧ ਨੂੰ ਪਾਲ ਨੂੰ ਤੋੜ ਕੇ ਪ੍ਰਮਾਤਮਾ ਨਾਲ ਮਿਲਾਉਂਦਾ ਹੈ ਫਿਰ ਕਹਿੰਦੇ ਹਨ ਦੀਵਾਨ ਕਚੈਰੀ ਰੱਬ ਦਾ ਹੁਕਮ ਰੱਬ ਦੀ ਅਦਾਲਤ ਰੱਬ ਦੇ ਬੰਦਿਆਂ ਦੇ ਹਿਰਦੇ 'ਚ ਹੀ ਹੁੰਦੀ ਹੈ ਉਹ ਅੰਦਰੋਂ ਆਰਡਰ ਲੈਂਦੇ ਨੇ ਅੰਦਰੋਂ ਕਮਾਂਡ ਲੈਂਦੇ ਨੇ ਦੁਨੀਆ ਦੀਆਂ ਦੀਵਾਨ ਅਦਾਲਤਾਂ ਕਿਸੇ ਮਨੋਖ ਨੂੰ ਸ਼ਾਇਦ ਛੱਡ ਦੇਣ ਬੰਦਾ ਭੱਜ ਜਵੇ ਪਰ ਵਾਹਿਗੁਰੂ ਦੇ ਦਰਬਾਰ ਵਿੱਚੋਂ ਉਹਦੇ ਦੀਵਾਨ ਵਿੱਚੋਂ ਉਹਦੀ ਕਚਹਿਰੀ ਚੋਂ ਕੋਈ ਭਜ ਨਹੀਂ ਸਕਦਾ ਉਹਦਾ ਹੁਕਮ ਹਰ ਵੇਲੇ ਹਰ ਵਰਤੈ ਧਰਮ ਨਿਆਏ RAM ਕੋਈ ਯਕੀਨ ਕਰੇ ਚਾਹੇ ਨਾ ਕਰੇ ਹਰ ਮਨੋਖ ਨੂੰ ਆਪਣੇ ਕਰਮਾ ਮੁਤਾਬਕ ਹਿਸਾਬ ਦੇਣਾ ਪੈਂਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੋ ਜਾਓ ਗੁਰੂ ਪਾਤਸ਼ਾਹੀ ਦੀ ਕਿਰਪਾ ਕਰਨ ਬਾਣੀ ਦੇ ਭਾਵ ਸਾਡੇ ਹਿਰਦੇ ਵਿੱਚ ਵਸ ਜਾਣ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ